ਦਰੂਰਲ ਫਾਈਟ ਦੇਖਣ ਵਾਲੇ ਸਾਰੇ ਭਾਈਆਂ ਨੇ, ਚਾਚੀ ਤਾਈਆਂ ਨੇ, ਲੋਕ ਲਗਾਈਆਂ ਨੇ, ਇੱਕ ਵਾਰ ਫਿਰ ਤੋਂ ਸੋਮ ਦਈਆ ਕੀ ਤਰਫ ਤੇ ਰਾਮ ਰਾਮ। ਤੋ ਹਾਂ ਦੋਸਤੋ, ਆਜ ਮੈਂ ਫਿਰ ਲੇਕਰ ਕੇ ਆਇਆ ਹੂੰ ਆਪਕੇ ਸਾਹਮਣੇ ਹਰਿਆਣਵੀ ਤੇ ਇੰਗਲਿਸ਼ ਕਿਸ ਤਰ੍ਹਾਂ ਸਿੱਖਾਂ, ਇਸਕਾ ਸੈਕਿੰਡ ਪਾਰਟ। ਤੋ ਇਸਕੇ ਅੰਦਰ ਆਪ ਹੀ ਹਰਿਆਣਵੀ ਕੇ ਰਿਸ਼ਤੇ ਨਾਤੇ ਕੀ ਕੁਛ ਬਾਤ ਕਰਾਂਗੇ, ਉਸਕੇ ਸਾਥ ਸਾਥ ਆਪ ਹੀ ਬਾਤ ਕਰਾਂਗੇ ਹਰਿਆਣਵੀ ਕੇ ਕੁਛ ਠੇਠ ਹਰਿਆਣਵੀ ਕੇ 5-10 ਵਰਡ ਜੋ ਆਪ ਡੇਲੀ ਲਾਈਫ ਮੈਂ ਸੁਣਾ ਹਾਂ ਔਰ ਉਹਨੇ ਇੰਗਲਿਸ਼ ਮੈਂ ਆਪ ਹੀ ਟ੍ਰਾਂਸਲੇਟ ਕਰਨ ਕੀ ਕੋਸ਼ਿਸ਼ ਕਰਾਂਗੇ। ਇਸ ਵੀਡੀਓ ਕੇ ਦੋ ਫਾਇਦੇ ਹੈ ਭਾਈ, ਜੋ ਭਾਈ ਆਪ ਬਾਹਰ ਦੇਖਣ ਲੱਗ ਰਹੇ ਹੈ ਹਰਿਆਣਵੀ ਸਿੱਖਣ ਕਾ ਉਹਨੇ ਮੌਕਾ ਮਿਲੇਗਾ, ਕਿਉਂਕਿ ਹਰਿਆਣਵੀ ਕਾ ਡੰਕਾ ਅੱਜ ਕੱਲ੍ਹ ਬੋਲੀਵੁੱਡ ਮੈਂ ਵੀ ਬਜਣ ਲੱਗ ਰਿਹਾ ਹੈ। ਤੋ ਇਸ ਲਈ ਕੁਛ ਲੋਕ ਹਰਿਆਣਵੀ ਕੇ ਫੈਨ ਹੋ ਰਹੇ ਹੈ, ਤੋ ਉਹਨੇ ਇੰਗਲਿਸ਼ ਤਾਂ ਹਰਿਆਣਵੀ ਸਿੱਖਣ ਦਾ ਮੌਕਾ ਮਿਲੇਗਾ ਔਰ ਆਪਣਾ ਵਾਲੇ ਜੋ ਭਾਈ ਹੈ ਜੋ ਰੂਰਲ ਹੈ ਜਾਂ ਫਿਰ ਜੋ ਹਰਿਆਣਾ ਤੋਂ ਜੁੜ ਰਹੇ ਹੈ ਉਹਨੇ ਹਰਿਆਣਵੀ ਕੇ ਵਰਡ ਹੈ ਜੋ ਇੰਗਲਿਸ਼ ਬਣਾਉਣ ਮੈਂ ਉਹਨੇ ਦਿੱਕਤ ਆਉ ਥੀ ਉਹ ਸਾਰੇ ਵਰਡ ਸਿੱਖਣ ਨਾ ਮਿਲੇਗੇ। ਤੋ ਚਲੋ ਵੀਡੀਓ ਸ਼ੁਰੂ ਕਰ ਲਿਆ ਹਾਂ, ਕਿਤੇ ਨਾ ਜਾਈਓ, ਵੀਡੀਓ ਨਾ ਦੇਖਿਓ ਲਾਸਟ ਤੱਕ ਔਰ ਲੈ ਬਈ। ਤੋ ਵੀਡੀਓ ਮੈਂ ਸਭ ਤੋਂ ਪਹਿਲਾਂ ਜੋ ਅੱਜ ਰਿਸ਼ਤੇ ਨਾਤੇ ਕੀ ਬਾਤ ਕਰਾਂਗੇ ਤਾਂ ਉਸਮੇ ਸਭ ਤੋਂ ਪਹਿਲਾਂ ਵਰਡ ਹੈ ਬਾਬੂ, ਬਾਬੂ ਕਹਿੰਦੀ ਇਹ ਮੂੰਹ ਸਾ ਵਰਜਿਆ ਹੈ। ਤੋ ਬਾਬੂ ਨੇ ਇੰਗਲਿਸ਼ ਮੈਂ ਕਹਾਂਗੇ ਫਾਦਰ, ਬਾਬੂ ਨੇ ਕਹਾਂਗੇ ਫਾਦਰ। ਲੈ ਬਾਬੂ ਆ ਗਿਆ, ਤੋ ਬਾਬੂ ਅਗਲ ਮਾਂ ਵੀ ਜ਼ਰੂਰੀ ਹੈ, ਤੋ ਮਾਂ ਨੇ ਇੰਗਲਿਸ਼ ਮੈਂ ਕਹਾਂਗੇ ਆਪੀ ਮਦਰ। ਤੋ ਮਾਂ ਮਦਰ ਤੋਂ ਹਿੰਦੀ ਮੈਂ ਸੋਰੀ ਬਾਬੂ ਔਰ ਮਾਂ ਠੀਕ ਸਵਾਲ। ਅਗਲਾ ਵਰਡ ਕੀ ਬਾਤ ਕਰਾਂ ਅਭੀ ਕਾਕਾ, ਕਾਕਾ ਇਸਾ ਹਰਿਆਣਵੀ ਕਾ ਵਰਡ ਹੈ ਜਿਸਨੇ ਬੋਲਦੇ ਨਹੀਂ ਡਰ ਸਾ ਵੀ ਲੱਗ ਗਿਆ ਹੈ, ਜਾਂ ਕਿਸੇ ਨੇ ਆਪ ਨੂੰ ਕਹਿ ਜਾਣਾ ਉਹ ਡਟ ਜਾ ਕਾਕਾ ਕੇਕ ਰਿਹਾ ਹੈ, ਤੋ ਅਗਲਾ ਨੂੰ ਡਰ ਵੀ ਜਾਇਆ ਕਰ ਔਰ ਬਾ ਕਾਕਾ ਰਿਸ਼ਤਾ ਵੀ ਬਹੁਤ ਤਕੜਾ ਹੋਇਆ ਹੈ। ਤੋ ਕਾਕਾ ਨਾ ਆਪ ਇੰਗਲਿਸ਼ ਮੈਂ ਕਹਾਂਗੇ ਅੰਕਲ, ਠੀਕ ਹੈ, ਕਾਕਾ ਨੇ ਇੰਗਲਿਸ਼ ਮੈਂ ਕੀ ਕਹਾਂਗੇ ਅੰਕਲ। ਤੋ ਕਾਕੀ ਨੇ ਇੰਗਲਿਸ਼ ਮੈਂ ਸਮਝ ਗਏ ਹੋ ਗਿਆ ਆਪੀ ਕੀ ਕਹਾਂਗੇ, ਇੰਗਲਿਸ਼ ਮੈਂ ਕਹਾਂਗੇ ਆਂਟ, ਠੀਕ ਹੈ। ਤੋ ਬਈਓ ਤਾਂ ਕਾਕਾ ਔਰ ਕਾਕੀ ਹੋ ਗਈ, ਤੋ ਤਾਊ ਤਾਈ ਵੀ ਬਚ ਗਏ। ਜਬ ਪਿਛਲੀ ਵੀਡੀਓ ਤਾਂ ਆਪਣੇ ਦੇਖੀ ਹੋਗੀ, ਤੋ ਤਾਊ ਕਾ ਤਾਂ ਆਪਣੇ ਬੇਰਾ ਪਾਓਗਾ ਕਿ ਤਾਊ ਨਾ ਆਪ ਅੰਗਰੇਜ਼ੀ ਮੈਂ ਕੀ ਕਹਾਂ ਹਾਂ, ਤੋ ਤਾਊ ਨਾ ਵੀ ਕਹਾਂਗੇ ਗ੍ਰੇਟ ਅੰਕਲ ਔਰ ਤਾਈ ਨਾ ਵੀ ਕਹਾਂਗੇ ਗ੍ਰੇਟ ਆਂਟ। ਆਂਟ ਕਾ ਮਤਲਬ ਚਾਚੀ ਹੋ ਹੈ, ਤੋ ਤਾਈ ਬਣਾਉਣੀ ਹੈ ਨਾ ਤੋ ਗ੍ਰੇਟ ਲਗਾ ਦਿਓ, ਠੀਕ ਹੈ। ਔਰ ਅੰਕਲ ਕਾ ਮਤਲਬ ਚਾਚਾ ਹੋਵੇ, ਚਾਚਾ ਤਾਂ ਬੜਾ ਬਣਾਉਣਾ ਹੈ ਨਾ, ਤੁਸੀਂ ਅਗਲੇ ਗ੍ਰੇਟ ਲਗਾ ਦਿਓ, ਗ੍ਰੇਟ ਅੰਕਲ ਔਰ ਗ੍ਰੇਟ ਆਂਟ, ਠੀਕ ਹੈ। ਤੋ ਲੈ ਅਗਲਾ ਵਰਡ ਕੀ ਬਾਤ ਕਰ ਲਿਆ, ਤੋ ਅਗਲਾ ਵਰਡ ਹੈ ਮਾਮਾ ਔਰ ਮਾਮੀ। ਔਰ ਮਾਮਾ ਹਰਿਆਣਵੀ ਮੈਂ ਬਹੁਤ ਫੇਮਸ ਹੋਇਆ ਹੈ, ਇਸਕੇ ਅੰਦਰ ਦੋ ਮੀਨਿੰਗ ਛੁਪ ਰਹੇ ਹੈ ਮਾਮੇ ਕੇ, ਠੀਕ ਹੈ। ਇੱਕ ਤਾਂ ਮਾਮਾ ਹੋਵੇ ਮੰਮੀ ਕਾ ਜੋ ਭਾਈ ਹੋਇਆ ਕਰ ਉਸ ਨਾਲ ਵੀ ਮਾਮਾ ਕਿਹਾ ਕਰਾਂ, ਔਰ ਜੋ ਦੂਸਰਾ ਜੋ ਮਾਮਾ ਹੋਇਆ ਕਰ ਨਾ ਉਹ ਮੈਂ ਬਤਾਊਂ ਕੋ ਨਹੀਂ, ਕਦੇ ਆੜਾ ਮੇਰੇ ਕੇਸ ਕਰੀ ਬਹੁਤ ਆਵੇ, ਠੀਕ ਹੈ। ਮਾਮਾ ਦੂਸਰਾ ਜੋ ਵਰਡ ਹੈ ਭਾਈ ਉਹ ਹਰਿਆਣਾ ਪੁਲਿਸ ਖਾਤਰ ਯੂਜ ਕਰਿਆ ਜਾ ਕਰ, ਕਿਤੇ ਮੋੜ ਬਾਈਕ ਲੈ ਕੇ ਜਾ ਰਹੇ ਹੋ ਔਰ ਬਾ ਹੈਲਮੈਟ ਹੁਲਮੈਟ ਨਹੀਂ ਪਹਿਰ ਰੱਖਿਆ ਹੋ ਤੁਹਾਡੇ ਨੂੰ ਅੱਗ ਮਾਮੇ ਖੜੇ ਹੈ, ਤੋ ਮੈਂ ਮਾਫੀ ਚਾਹੂੰ ਇਸਾ ਵਰਡ ਆਪਣੀ ਵੀਡੀਓ ਮੈਂ ਯੂਜ ਕਰਿਆ, ਠੀਕ ਹੈ। ਲੇਕਿਨ ਮੇਰਾ ਇਸਾ ਇੰਟੈਂਸ਼ਨ ਨਹੀਂ ਹੈ ਕਿਸੇ ਨੇ ਭੜਕਾਉਣ ਖਾਤਰ, ਮੈਂ ਸਿਰਫ ਹਰਿਆਣਾ ਕੇ ਜੋ ਵਰਡ ਹੈ ਜੋ ਯੂਜ ਕਰੇ ਦਾ ਹੈ ਉਹਨੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੂੰ, ਬਾਕੀ ਮੈਂ ਪੁਲਿਸ ਵਾਲਿਆਂ ਕੇ ਗਣੀ ਤਗੜੀ ਰਿਸਪੈਕਟ ਕਰੂੰ। ਚਲੋ ਮਾਮਾ ਇੱਕ ਤਾਂ ਹੋ ਗਿਆ, ਮਾਮਾ ਨੇ ਮੈਟਰਨਲ ਅੰਕਲ ਕਹਾਂਗੇ ਔਰ ਦੂਸਰਾ ਜੋ ਹੋ ਗਿਆ ਪੁਲਿਸ ਵਾਲਾ ਹੋ ਗਏ ਉਸ ਡਿਪਾਰਟਮੈਂਟ ਨੇ ਵੀ ਆਪ ਹੀ ਸੈਲਿਊਟ ਕਰਾਂ। ਚਲੋ ਅਗਲਾ ਵਰਡ ਹੈ ਮਾਮੀ, ਮਾਮੀ ਨਾ ਵੀ ਕਹਾਂਗੇ ਮੈਟਰਨਲ ਆਂਟ, ਮਾਮੀ ਨੇ ਕੀ ਕਹਾਂਗੇ ਮੈਟਰਨਲ ਆਂਟ, ਠੀਕ ਹੈ। ਤੋ ਇਸਕੇ ਸਾਥ ਸਾਥ ਆਪ ਹੀ ਅਗਲਾ ਵਰਡ ਲੈ ਲਿਆ ਭਾਈ, ਅਗਲਾ ਵਰਡ ਹੈ ਫੁੱਫਾ। ਔਰ ਫੁੱਫਾ, ਫੁੱਫਾ ਕਹਿੰਦੇ ਨੂੰ ਭਿੱਤਰ ਕੀ ਜਿਤਨੀ ਹਵਾ ਹੈ ਨਾ ਸਾਰੀ ਬਾਹਰ ਆ ਜਾਏ, ਤੋ ਫੁੱਫਾ ਦਾ ਨਾਮ ਲੈਂਦੀ ਮੇਰੇ ਇੱਕ ਬਾਤ ਯਾਦ ਆਏਗੀ, ਜਬ ਬਚਪਨ ਮੈਂ ਜਬ ਛੋਟੇ ਹੋਇਆ ਕਰਦੇ ਨਾ ਜਬ ਆਂਗਣਵਾੜੀ ਮੈਂ ਜਾਇਆ ਕਰਦੇ, ਆਂਗਣਵਾੜੀ ਮੈਂ ਕਸਾਰ ਪੰਜੀਰੀ ਵੰਡਿਆ ਕਰਦੀ ਔਰ ਪੰਜੀਰੀ ਖਾਂਦੇ, ਦੂਸਰਾ ਉਹਨਾਂ ਦੂਸਰਾ ਬਾਲਕ ਨੂੰ ਕਹਾ ਤਾ ਫੁੱਫਾ ਕਹਿ ਦੇਣੇ, ਇੱਕ ਵਾਰ ਫੁੱਫਾ ਕਹਿੰਦੇ ਰੋ ਆਗ ਲਗਨ ਮੂੰਹ ਪਲਾ ਗਿਆ ਤਾ ਸਾਰਾ ਕਿਵੇਂ, ਤਾਂ ਉਹ ਇਹ ਫੁੱਫਾ ਹੈ ਬਸ। ਫੁੱਫਾ ਨਾ ਆਪ ਹੀ ਅੰਗਰੇਜ਼ੀ ਮੈਂ ਕਹਾਂਗੇ ਪੈਟਰਨਲ ਅੰਕਲ। ਦੇਖ ਪਹਿਲਾਂ ਜੋ ਇੰਗਲਿਸ਼ ਹੋਇਆ ਕਰਦੇ ਨੇ ਉਸਮੇ ਸਾਰਿਆਂ ਨੇ ਅੰਕਲ ਘਾਰਦੇ, ਚਾਚਾ ਤਾਊ ਮਾਮਾ ਫੁੱਫਾ ਸਾਰੇ ਅੰਕਲ ਹੋਇਆ ਕਰਦੇ, ਲੇਕਿਨ ਅੱਜ ਕੱਲ੍ਹ ਇਨਕਾ ਸਾਰਿਆਂ ਦਾ ਡਿਪਾਰਟਮੈਂਟ ਬਾਇੰਡ ਦਿਆ ਹੋਇਆ, ਜੋ ਪਾਪਾ ਕੀ ਤਰਫ ਤਾਂ ਹੈ ਉਹ ਪੈਟਰਨਲ, ਤੋ ਫੁੱਫਾ ਨੇ ਕਹਾਂਗੇ ਆਪੀ ਪੈਟਰਨਲ ਅੰਕਲ ਔਰ ਬਾ ਮੰਮੀ ਕੀ ਤਰਫ ਤਾਂ ਹੈ ਮੈਟਰਨਲ ਅੰਕਲ ਉਹ ਮਾਮਾ ਹੋ ਗਿਆ, ਠੀਕ ਸੇ। ਤੋ ਬਾ ਪੈਟਰਨਲ ਅੰਕਲ ਫੁੱਫਾ ਔਰ ਬਾ ਫੁੱਫਾ ਦੀ ਗੱਲ ਹੈ ਤਾਂ ਬੂਆ ਵੀ ਆਊਗੀ, ਤੋ ਬੂਆ ਨਾ ਆਪੀ ਕਹਾਂਗੇ ਪੈਟਰਨਲ ਆਂਟ, ਤੋ ਪੈਟਰਨਲ ਆਂਟ, ਠੀਕ ਸੇ। ਤੋ ਇਸੇ ਕੇ ਸਾਥ ਮੈਂ ਅਗਲਾ ਵਰਡ ਲੈ ਲਿਆ ਬਾਈ, ਅਗਲਾ ਵਰਡ ਹੈ ਬਟੇਊ। ਕਹਿੰਦੀ ਇਹਨੂੰ ਰਾਜੀ ਹੋ ਗਏ ਹੋ ਗਏ ਗਣੇ, ਤੋ ਰਾਜੀ ਨਾ ਹੋ ਕੋਈ ਕਿਸੇ ਕਾ ਬਟੇਊ, ਹਰ ਕਿਸੇ ਕੇ ਧਾਮ ਬਟੇਊ ਹੋ, ਕੋਈ ਬਾਤ ਕੋਈ ਨਹੀਂ। ਤੋ ਬਟੇਊ ਨੇ ਆਪ ਹੀ ਅੰਗਰੇਜ਼ੀ ਮੈਂ ਕਹਾਂਗੇ ਭਾਈ ਬ੍ਰਦਰ ਇਨ ਲੋ। ਵੈਸੇ ਬਟੇਊ ਦੋ ਪ੍ਰਕਾਰ ਕੇ ਹੋਏ ਹੈ, ਇੱਕ ਬਟੇਊ ਤਾਂ ਉਹ ਆਗਰ ਹੈ
जिस तरह अपना जीजा लगता उसने नु कह दिया करना बटे हुआ रहे करना है, तो वो बटे हुए तो अपना ब्रदर इन लो हो गया, जीजा हो गया, और एक दूसरा तो बटे हुआ करना है नु कह यार भाई यो कविता का बटे हुआ है, ठीक है, कहने का मतलब है ये उसका पति है, तो वो बटे हुए ना हसबैंड कहवागे आप, ठीक है, ईव डिपेंड करे भाई तार पर तामी किस तरह का हो। तो अगला वर्ड हो गया अपना बेबे, तो बेबे ना भी कहवागे सिस्टर, बेबे ने अंग्रेजी में कहवागे अपनी सिस्टर। तो बस ध्यान रखियो बेबे पंजाबी में यदि देखा तो पंजाबी में अलग तरिया यूज किया जा है, और वह पंजाबी में बेबे का मीनिंग भी कुछ और हो है, वो शायद माँ खातर यूज करें इसने, लेकिन हरियाणा में बेबे सिस्टर खातर यूज किया जाए, तो जय कदे तो हमने बेबे सुनने मिल जाए, तो ध्यान रखियो आप इसने सिस्टर की बात कर लग रहे हैं। चलो अगला वर्ड देख लिया, वह अगला वर्ड है खसम, सुना होगा खसम, तो खसम ने आप ही अंग्रेजी में कहवागे हसबैंड, खसम ना आप ही अंग्रेजी में कहोगे हसबैंड, अरे भाई खसम आ गया तो लुगाई, ठीक से लुगाई ना आप ही अंग्रेजी में क्या कहोगे वाइफ। चलो भाई अगला वर्ड की आप ही बात कर लें, तो अगला वर्ड है मानस, मानस मानस के भी दो मीनिंग होया कर रहे हैं, लेकिन आप एक के बतावांगे भाई, एक ना भी सीक्रेट रखांगे क्योंकि बातें सीक्रेट रहने की है। चलो तो एक मानस हुआ अगर बनू का, कितने मानस हैं, कितने मानस काम पर लग रहे हैं, तो वो मानस हुआ अगर भाई मैन आदमी, तो आप ही जब मानस की बात करा तो मैन कहवांगे, ठीक है, मानस हो गए थोड़ा लुगाई भी पाऊंगी, लुगाई का मतलब क्या हुआ भाई वुमैन, लुगाई ने इंग्लिश में आप कहा वुमैन, ठीक है, ये तो है कि भाई हरियाणवी में कुछ रिश्ते नाते, इसके साथ साथ आप ही हरियाणवी के ठेठ हरियाणवी के पांच चार वर्ड और सीखांगे जो आपने बहुत काम आओगे। तो पहला वर्ड है भाई बेवड़ा, बेवड़ा हरियाणा में बहुत फेमस है, और ईसा कोई गली कोना नहीं पाओगा जिसका कोई बेवड़ा नहीं पाओगे, बेवड़ा का मतलब है कोई घनी दारू दूर पिनाला हो, मल्टा का घना सेवन करता हो, उसने आप ही बेवड़ा क्या करा, तो इसलिए बेवड़ा नहीं बनना है कदे भी, लेकिन बेवड़ा ना आप ही अंग्रेजी में सीख लिया तो वो है भाई ड्रंकर, ड्रंक और ड्रंकर, ठीक है, तो ड्रंकर ना भी बेवड़ा कह सका। चलो अगला वर्ड है भाई अपना गोसे, गोसे जो गोबर के जो बनाए जाए हैं उन्हें धूप में सुखा करके ना, फिर जाडम जो काम लिया रहा है, जाडम सबसे ज्यादा काम आने वाली चीज होगा गोसे, जब गोसे नहीं होना है नू समझ लिया आधे आदमी तो मर जाए जाडम है, तो इसलिए गोस्या का बहुत इंपॉर्टेंट है, इंपॉर्टेंस है, आगे सर्दी आने लग रही है, जब कसुत्ता काम हो जाए गोस्या बिना संभाल के रखियो। चलो गोस्या ना भी अंग्रेजी में कहवांगे डंकेक, डंकेक, ठीक है, तो गोस्या हो गए तो गोस्या का जो बिटोड़ा हुआ है, गोस्या जो जड़ा इकट्ठे करके स्टोर करके रखा आप ही उसने कहा बिटोड़ा, अरे बिटोड़ा ना भी अंग्रेजी में कहवांगे डंग हिल्स, डंग हिल्स, या फिर हाउस ऑफ डंकेक, हाउस ऑफ डंके, ठीक है। तो इसके साथ अगला वर्ड ले लिया भाई आप ही जोड़ा, तो जोड़ा, जोड़ा ना आप इंग्लिश में कहोगे बैग, ठीक है, तो भाई स्कूल में या फिर कितने भी कोई भी बैग लेके जाओ तो उसने कहा ना तेरा जोड़ा किस है, तो ये जोड़ा ना आप ही कहोगे बैग, ठीक है। अरे भाई जोड़ा तो मेरे याद आ गया, आजकल सरकार ने प्लास्टिक बैग पर बहुत बैन लगा रखा है, तो इसके लिए आप ही ने भी कुछ सहयोग करने की जरूरत है, अरे तन मन धन तो जितना सहयोग हो सको ना उतना सहयोग कर दो, क्योंकि सरकार एकली कुछ नहीं कर पाओगी, आप ही ने सपोर्ट करनी पड़ेगी, ठीक है। बस ज़्यादा से ज़्यादा कैरी बैग जो अपने हैं ना जो कपड़े के बनवा रखे हैं वे ज़्यादा से ज़्यादा यूज करने की कोशिश करो, ठीक है। मानू प्लास्टिक का प्रयोग पूर्णतः बंद नहीं किया जा सकता, फिर भी कुछ हद तक कम कर सका आप ही जा भी चाहवा तो। चलो ये था भाई आज का अपना वीडियो लेक्चर जिसमें आपने हरियाणवी के बहुत ज़्यादा वर्ड सीखे, तो आगे फिर मिलेंगे आप ही अगले लेक्चर में। जब आपने यह वीडियो पसंद आएगी हो तो भाई वो गुट्ठा सा दाब दियो, अरे उसने क्या कहा वो लाइक कर दियो भाई, अरे वो सब्सक्राइब वाला बटन है धुमा सा ठह दियो, पिछली बार भी ठह दिया था ये फिर ठह दे धुमा, ठीक से। तो मिलेंगे फिर अगले वीडियो में, तब तक आप सभी ने राम राम।